ਕਿੰਨੇ ਕਹਿਤੀ ਫਰਾਰ ਹੋਏ ਕਿੰਨਾ ਫਰਾਰ ਹੋਏ ਥੋੜਾ ਜਿਹਾ ਪਰ ਕਹਿਤੀ ਫਰਾਰ ਹੋਏ ਨੇ ਹਾਏ ਬਾਬਾ ਰੇ ਸਰ ਬਾਰੇ ਜੇਲ੍ਹ ਡਿਪਾਰਟਮੈਂਟ ਵਾਲੇ ਵੈਰੀਫਾਈ ਕਰ ਰਹੇ ਨੇ ਵੀ ਕਿਸ ਤਰੀਕੇ ਨਾਲ ਹੋਇਆ ਸਰ ਕੁਝ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈਗੀ ਕਿਸ ਤਰ੍ਹਾਂ ਫਰਾਰ ਹੋਏ ਸਾਰੇ ਰਾਤ ਨੂੰ 1:15 ਦੀ ਘਟਨਾ ਪਤਾ ਲੱਗੀ ਸਰ ਇਹਨਾਂ ਦੇ ਵਿੱਚੋਂ ਕੁਝ ਕੈਦੀ ਐਸੇ ਵੀ ਨੇ ਜਿਹੜੇ ਪਹਿਲਾਂ ਹੀ ਫਰਾਰ ਹੋ ਚੁੱਕੇ ਨੇ ਕੁਝ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਜੀ ਦੇਖ ਰਹੇ ਆ ਸਰ ਸੀ ਆਰ ਪੀ ਐਫ ਦੀ ਵੀ ਤੈਨਾਤੀ ਕੀਤੀ ਹੋਈ ਹੈ ਕਿਸ ਤਰ੍ਹਾਂ ਲੱਗਦਾ ਬਿਲਕੁਲ ਬਿਲਕੁਲ ਹੈਗੀ ਜੀ ਹੈਗੀ ਉਹ ਸਾਰਾ ਅਜੇ ਚੈੱਕ ਕਰ ਰਹੇ ਨੇ ਜੇਲ੍ਹ ਅਥਾਰਟੀ ਪੂਰਾ ਦੇਖ ਰਹੇ ਨੇ ਤੁਹਾਨੂੰ ਦੇਖ ਤਾਂ ਕਲੀਅਰ ਸਰ ਕਿਹੜੀ ਜਗ੍ਹਾ ਤੋਂ ਫਰਾਰ ਹੋਏ ਨੇ ਬੈਕ ਸਾਈਡ ਤੋਂ ਹੋਏ ਨੇ ਫਰੰਟ ਤੋਂ ਹੋਏ ਨੇ ਕਿਹੜੀ ਜਗ੍ਹਾ ਤੋਂ ਹੋਏ ਨੇ ਦੁਬਾਰ ਤੋਂ ਹੋਏ ਨੇ ਜੀ ਉਹ ਵੈਰੀਫਾਈ ਕਰਦੇ ਪਏ ਆ ਸਾਰਾ ਚੈੱਕ ਕਰਦੇ ਪਏ ਕਿਤਨੇ ਕੈਦੀ ਸੀ ਸਰ ਇਹ ਕਹਾਂ ਕੇ ਕਰ ਰਹੇ ਚਾਰ ਕੈਦੀ ਸੀ ਸੈਲ ਬਲਾਕ ਨੂੰ ਬਾਕੀ ਹੈ ਸੈਲ ਬਲਾਕ ਤੋਂ ਚਾਰ ਕੈਦੀ ਜੋ ਆਪਣੀ ਹੈ ਜਨਾਨਾ ਜੇਲ ਕੰਧ ਹੈ ਉੱਧਰ ਦੀ ਪਾਸੇ ਕੌਣ ਸੀ ਮਤਲਬ ਦਫਾ ਮੈਂ ਅੰਦਰ ਥੇ ਜਾਂ ਕੌਣ ਸਾ ਮੁਕਦਮੇ ਥੇ ਮੁਕਦਮੇ ਸੀਗੇ ਮਤਲਬ ਇੱਕ ਦੋ ਬਤਾ ਦੇ ਸੱਤ ਮੁਕਦਮੇ ਕੱਲੇ ਕੱਲੇ ਬੰਦੇ ਦੇ ਹੈ ਕਿਸ ਚੀਜ਼ ਕੇ ਮੁਕਦਮੇ ਥੇ ਐਂਡੀਕੇਟ ਦੇ ਹੈ ਚੋਰੀ ਦੇ ਹੈ ਇਹ ਇਤਨੀ ਜ਼ਿਆਦਾ ਟਾਈਟ ਸਿਕਿਉਰਿਟੀ ਹੋਣੇ ਕੇ ਬਾਵਜੂਦ ਵੀ ਇਹ ਬਾਗੇ ਕਰੋਨਾ ਵਾਇਰਸ ਕੀ ਵਜ੍ਹਾ ਸੇ ਟਾਈਟ ਸਿਕਿਉਰਿਟੀ ਵੀ ਹੈ ਬੰਦ ਵੀ ਹੈ ਦੇਖੋ ਸਿਕਿਉਰਿਟੀ ਤਾਂ ਟਾਈਟ ਹੈ ਪਰ ਇਹ ਜਦੋਂ ਸੈਲ ਬਲਾਕ ਸੀ ਨਾ ਉੱਥੋਂ ਤਾਲੇ ਖੁੱਲ੍ਹੇ ਮਿਲੇ ਅੱਛਾ ਤਾਲੇ ਖੁੱਲ੍ਹੇ ਮਿਲੇ ਤਾਂ ਕਿਆ ਲੱਗਦਾ ਕਿ ਅੰਦਰ ਕਾ ਵੀ ਕੋਈ ਬੰਦਾ ਹੋ ਸਕਦਾ ਇਸ ਨੂੰ ਇਨਵੋਲਵ ਕਹਿ ਨਹੀਂ ਸਕਦੇ ਸਰ ਭੱਜਣ ਦੇ ਵਿੱਚ ਇਹਨਾਂ ਨੇ ਕੀ ਕਿਸ ਤਰੀਕੇ ਦੀ ਨਾ ਇਹ ਬਾਗੇ ਕੈਸੇ ਹੈ ਮਤਲਬ ਕਿਸ ਤਰ੍ਹਾਂ ਸੇ ਬਾਗੇ ਹੈ ਉਹ ਪਿੱਛੇ ਲਟਕ ਰਿਹਾ ਪਿੱਛੇ ਲਟਕ ਰਿਹਾ ਉਹ ਕੰਬਲ ਦੇ ਨਾਲ ਕੁੰਡੀ ਪਾਈ ਹੈ ਕੁੰਡੀ ਫਸਾ ਕੇ ਚੱਦਰ ਕਹਾਂ ਸੇ ਆਈ ਉਨਕੇ ਪਾਸ ਚੱਦਰ ਤਾਂ ਅੰਦਰ ਹੋਤੀ ਹੈ ਸਰ ਜੈਸੇ ਕਿ ਨਾ ਜੇਲ੍ਹ ਕੇ ਅੰਦਰ ਉੱਪਰ ਨਾ ਮਚਾਨ ਬਣੇ ਹੋਏ ਹੈ ਵਹਾਂ ਨਾ ਹਰ ਵਕਤ ਨਾ ਤੰਤਰੀ ਹੋਤਾ ਹੈ ਸੀ ਆਰ ਪੀ ਐਫ ਕੀ ਅਤੇ ਨਾਇਕੀ ਕੀ ਹੋਈ ਹੈ 1:20 ਦੀ ਗੱਲ ਹੈ ਜੀ ਅੱਛਾ ਜੀ ਅਸੀਂ ਤਾਂ ਉੱਪਰ ਖੜੇ ਆ ਭੱਜੇ ਉਸ ਥਾਂ ਜਿੱਥੋਂ ਜੀ ਨਹੀਂ ਕੋਈ ਆਏ ਸਰ ਇਹਨਾਂ ਵਿੱਚ ਕੋਈ ਇਹੋ ਜਿਹਾ ਕਹਿੰਦੇ ਹੈ ਜਿਹਨੇ ਦੁਬਾਰਾ ਇਹ ਨਾ ਬ੍ਰੇਕਿੰਗ ਦੋ ਕੈਦੀ ਹੈ ਪਹਿਲਾਂ ਵੀ ਭੱਜ ਚੁੱਕੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਜੀ ਇਹ ਪੇਸ਼ੀ ਤਰ੍ਹਾਂ ਭੱਜੇ ਸੀ ਬੱਸ ਵਿੱਚੋਂ ਪੱਟਾ ਪੱਟ ਕੇ ਅੱਛਾ ਜੀ ਇਹ ਕੋਈ ਕਚਹਿਰੀ ਤੋਂ ਭੇਜਿਆ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਕੀ ਐਫਰਟ ਕੀਤਾ ਜਾ ਰਿਹਾ ਜੀ ਅਲਰਟ ਕਰ ਦਿਆ ਗਿਆ ਸਾਰੇ ਪੰਜਾਬ ਮੇਂ ਉਨਕੀ ਫੋਟੋਆਂ ਵਾਇਰਲ ਕਰ ਹਾਂਜੀ ਹਾਂਜੀ ਸਭ ਕਰ